ਸੋ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨ ਜਾ ਰਿਹਾ, ਖਾਸ ਕਰਕੇ ਨੌਜਵਾਨਾਂ ਦੇ ਵਾਸਤੇ, ਸਾਡੇ ਖਾਸ ਕਰਕੇ ਪੰਜਾਬੀ ਲੋਕਾਂ ਦੇ ਲਈ, ਪੰਜਾਬੀ ਨੌਜਵਾਨਾਂ ਦੇ ਲਈ। ਅੱਜ ਕੀ ਹੋਇਆ, ਜਦੋਂ ਮੈਂ ਆਪਣੇ ਘਰ ਵਾਪਿਸ ਆ ਰਿਹਾ ਸੀ ਤਾਂ ਇੱਕ ਲੜਕਾ ਪੈਦਲ ਆ ਰਿਹਾ ਸੀ ਤਾਂ ਉਹਦੇ ਮੋਬਾਈਲ 'ਤੇ ਇੱਕ ਗਾਣਾ ਚੱਲ ਰਿਹਾ ਸੀ, ਉਹ ਸੀਗਾ ਤੇਰੇ ਵਰਗਾ ਡੱਗੀ 'ਚ ਪਾ ਕੇ ਲੈ ਜਾਂਦੇ ਆ। ਮੈਂ ਉਹ ਮੀਨਿੰਗ ਮੈਨੂੰ ਸਮਝ ਨਹੀਂ ਲੱਗਿਆ, ਮੈਂ ਉਹਨੂੰ ਰੋਕਿਆ, ਮੈਂ ਕਿਹਾ ਹੈਲੋ ਕਾਕਾ ਮੇਰੀ ਗੱਲ ਸੁਣ। ਉਹ ਮੇਰੇ ਕੋਲ ਆਇਆ, ਕਹਿੰਦਾ ਹਾਂਜੀ। ਮੈਂ ਜਿਹੜਾ ਗੀਤ ਗਾ ਰਿਹਾ, ਇਹ ਕੀ ਸਿਸਟਮ ਹੈਗੀ ਹੈ? ਕਹਿੰਦਾ ਇਹ ਗੀਤ ਹੈ ਤੇਰੇ ਵਰਗਾ ਡਿੱਗੀ 'ਚ ਪਾ ਕੇ ਲੈ ਜਾਂਦੇ ਆ। ਮੈਂ ਉਹਨੂੰ ਪੁੱਛਿਆ ਕਦੇ ਡਿੱਗੀ 'ਚ ਪਾ ਕੇ ਲੈ ਕੇ ਗਿਆ? ਕਹਿੰਦਾ ਨਹੀਂ ਜੀ। ਡਿੱਗੀ ਕਾਹਦੀ ਹੁੰਦੀ ਹੈ ਗੱਡੀ ਦੀ, ਕਦੇ ਗੱਡੀ ਹੈ ਤੇਰੇ ਕੋਲ? ਘਰੇ ਮੋਟਰਸਾਈਕਲ ਹੈ? ਕਹਿੰਦਾ ਨਹੀਂ ਜੀ। ਸਾਈਕਲ ਹੈ? ਕਹਿੰਦਾ ਹਾਂ ਸਾਈਕਲ ਹੈ। ਮੈਂ ਕਿਹਾ ਸਾਈਕਲ ਦੇ ਕਿਹੜੀ ਡੱਗੀ ਲੱਗੀ ਹੁੰਦੀ ਹੈ? ਕਿਹੜੇ ਬੰਦੇ ਨੂੰ ਤੂੰ ਡੱਗੀ ਪਾ ਕੇ ਲੈ ਕੇ ਜਾਣਾ ਚਾਹੁੰਦਾ ਹੈ? ਮੈਂ ਉਹਨੂੰ ਪੁੱਛਿਆ ਕਿਹੜੇ ਸਿੰਗਰ ਦਾ ਇਹ ਗੀਤ ਹੈ, ਕਿਹੜੇ ਕਲਾਕਾਰ ਦਾ ਗੀਤ ਹੈ? ਉਹਨਾਂ ਨੇ ਮੈਨੂੰ ਆਖਿਆ ਕਿ ਇਹ ਕਲਾਕਾਰ ਹੈ ਕੋਈ ਸਿੰਗਾ, ਕਿ ਉਹਨਾਂ ਦਾ ਇਹ ਗੀਤ ਹੈਗਾ। ਮੈਂ ਕਿਹਾ ਓਕੇ, ਇਹਦਾ ਮਤਲਬ ਕੀ ਹੈ? ਕਹਿੰਦਾ ਮਤਲਬ ਤਾਂ ਕਾਹਦੇ ਹੁੰਦਾ, ਬਸ ਅਸੀਂ ਉਹੀ ਇੰਜੋਏਮੈਂਟ ਕਰਦੇ ਹਾਂ। ਮੈਨੂੰ ਬੜਾ ਦੁੱਖ ਲੱਗਿਆ। ਔਰ ਇੱਕ ਗੀਤ ਅੱਜ ਕੱਲ੍ਹ ਹੋਰ ਚੱਲ ਰਿਹਾ, ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦਾ ਹੈ। ਅੱਗੋਂ ਉਹ ਕਲਾਕਾਰ ਕਹਿੰਦਾ ਲੜਕੀ ਨੂੰ, ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ। ਜਦੋਂ ਮੈਂ ਗੀਤ ਸੁਣਿਆ ਮੈਨੂੰ ਹਾਸੀ ਆਈ, ਉਹਨਾਂ ਲੋਕਾਂ ਉੱਤੇ ਹੱਸਿਆ। ਦੇਖੋ ਮੇਰੀ ਪਰਸਨਲੀ ਫਾਈਟਿੰਗ ਕਿਸੇ ਸਿੰਗਰ ਨਾਲ ਨਹੀਂ ਹੈ, ਮੇਰੀ ਲੜਾਈ ਉਹਨਾਂ ਲੋਕਾਂ ਦੇ ਨਾਲ ਹੈ ਜਿਹੜੇ ਸਾਡੇ ਸਮਾਜ ਨੂੰ ਗਲਤ ਰਾਹੀਂ ਪਾ ਰਹੇ ਨੇ। ਇਹਦਾ ਮੀਨਿੰਗ ਕੀ ਹੈ? ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦਾ, ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ। ਅਸੀਂ ਅੱਜ ਕੱਲ੍ਹ ਦੀ ਨਵੀਂ ਪਨੀਰੀ ਨੂੰ, ਨਵੇਂ ਨੌਜਵਾਨਾਂ ਨੂੰ ਅਸੀਂ ਕੀ ਸੰਦੇਸ਼ ਦੇ ਰਹੇ ਹਾਂ? ਸਾਨੂੰ ਲੋਕਾਂ ਨੇ ਚੁਣਿਆ ਹੈ ਇੱਕ ਅੱਛਾ ਸੰਦੇਸ਼ ਦੇਣ ਦੇ ਲਈ ਸਮਾਜ ਦੇ ਵਿੱਚ। ਤੇਰੇ ਵਰਗਾ ਡਿੱਗੀ 'ਚ ਪਾ ਕੇ ਲੈ ਜਾਂਦੇ ਹਾਂ, ਸਿੰਗਰ ਮੈਂ ਨਹੀਂ ਜਾਣਦਾ ਪਰਸਨਲੀ, ਆਈ ਡੋਂਟ ਨੋ ਹੂਈ ਸੀ ਤਾਂ। ਔਰ ਦੂਸਰਾ ਇੱਕ ਸਿੰਗਰ ਮੈਨੂੰ ਹੋਰ ਦੱਸਿਆ ਉਹਨਾਂ ਨੇ, ਸਿੱਧੂ ਮੂਸੇਵਾਲਾ, ਮਾਨਸਾ ਕੋਲ ਪਿੰਡ ਹੈ, ਸਿੱਧੂ ਮੂਸੇਵਾਲਾ ਸ਼ਾਇਦ ਉਹੀ ਨੇ। ਉਹਨਾਂ ਬਾਰੇ ਦੱਸਿਆ, ਕਹਿੰਦੇ ਇਹ ਉਹਨਾਂ ਦਾ ਗੀਤ ਹੈ, ਜਿੱਟਾ ਸ਼ਰੇਆਮ ਤੂੰ ਧੱਕਾ ਕਰਦਾ, ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ। ਜਦੋਂ ਮੈਂ ਸੁਣਿਆ ਆਈ ਰੀਅਲੀ ਲਾਫ ਐਟ ਦੈਮ, ਔਰ ਮੈਨੂੰ ਬੜਾ ਅਜੀਬ ਲੱਗਿਆ ਯਾਰ, ਕਦੇ ਇਹਨਾਂ ਨੇ ਡੱਗੀ 'ਚ ਪਾ ਕੇ ਬੰਦਾ ਜਾਂ ਤਾਂ ਲੈ ਕੇ ਗਏ ਹੋਏ ਨੇ, ਜਾਂ ਤਾਂ ਕੋਈ ਪਰਸਨਲ ਇਹਨਾਂ ਦੀ ਹਿਸਟਰੀ ਹੋਣੀ ਹੈ, ਕੋਈ ਸਟੋਰੀ, ਕੋਈ ਹਿਸਟਰੀ ਇਹਨਾਂ ਦੇ ਜੀਵਨ ਦੇ ਵਿੱਚ ਵਾਪਰੀ ਹੋਣੀ, ਇਸੇ ਕਰਕੇ ਇਹ ਕਹਿ ਰਹੇ ਨੇ ਕਿ ਤੈਨੂੰ ਅਸੀਂ ਡੱਗੀ 'ਚ ਪਾ ਕੇ ਲੈ ਜਾਵਾਂਗੇ। ਪਤਾ ਨਹੀਂ ਕਿਹਨੂੰ ਕਹਿ ਰਿਹਾ, ਮੈਨੂੰ ਨਹੀਂ ਪਤਾ, ਪਰ ਚਲੋ ਕਿਸੇ ਨੂੰ ਵੀ ਕਹਿ ਰਿਹਾ, ਆਪਣਾ ਮਤਲਬ ਇਹ ਨਹੀਂ ਹੈ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡਾ ਸੰਦੇਸ਼ ਸਾਡੇ ਸਮਾਜ ਵਿੱਚ ਕੀ ਜਾ ਰਿਹਾ ਹੈ, ਕਿ ਅਸੀਂ ਨੌਜਵਾਨਾਂ ਨੂੰ ਸਿਖਾ ਰਹੇ ਹਾਂ ਕਿ ਤੁਸੀਂ ਡੱਗੀ 'ਚ ਪਾ ਕੇ ਲੋਕਾਂ ਨੂੰ ਲੈ ਜਾਓ। ਜਾਂ ਇੱਕ ਦੂਜਾ ਸੌਂਗ ਹੈਗਾ ਕਿ ਜਿੱਟਾ ਸ਼ਰੇਆਮ ਤੂੰ ਧੱਕਾ ਕਰਦਾ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਪਲੀਜ਼ ਮੈਨੂੰ ਸੰਦੇਸ਼ ਦੱਸ ਦਿਓ, ਇਹਦਾ ਅਸੀਂ ਸਮਾਜ ਦੇ ਵਿੱਚ ਕੀ ਸੰਦੇਸ਼ ਦੇ ਰਹੇ ਹਾਂ? ਜਿੱਟਾ ਸ਼ਰੇਆਮ ਤੂੰ ਧੱਕਾ ਕਰਦਾ, ਮੇਰੀ ਪਰਸਨਲੀ ਮੈਂ ਫਿਰ ਕਹਿ ਰਿਹਾ, ਮੇਰੀ ਪਤਨੀ ਲੜਾਈ ਨਾ ਤਾਂ ਮੇਰੇ ਵੱਡੇ ਵੀਰ ਸਿੱਧੂ ਮੂਸੇਵਾਲੇ ਨਾਲ ਹੈ, ਨਾ ਮੇਰੇ ਵੱਡੇ ਵੀਰ ਸਿੰਘੇ ਨਾਲ ਹੈ, ਜਾਂ ਕਿਸੇ ਹੋਰ ਸਿੰਗਰ ਨਾਲ। ਮੇਰੀ ਲੜਾਈ ਉਹਨਾਂ ਸ਼ਬਦਾਂ ਦੇ ਨਾਲ, ਜਿਸ ਤਰ੍ਹਾਂ ਕਿ ਇੱਕ ਪਹਿਲਾਂ ਸੌਂਗ ਆਇਆ ਸੀ, ਕਾਫੀ ਟਾਈਮ ਹੋ ਗਿਆ, ਉਹ ਮੇਰੇ ਵੱਡੇ ਭਰਾ ਸਿੰਗਰ ਸੀਗੇ ਨਿੰਜਾ, ਉਹਨਾਂ ਨੇ ਗੀਤ ਗਾਇਆ ਸੀਗਾ ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ, ਕੱਲਾ ਕੱਲਾ ਠੋਕਦਾ ਰਿਹਾ। ਕਿ ਇਸ ਸਮਾਜ ਨੂੰ ਕੀ ਸੰਦੇਸ਼ ਦੇ ਰਹੇ ਹਾਂ? ਕਿ ਤੁਸੀਂ ਕੁੜੀਆਂ ਪਿੱਛੇ ਜਾਓ, ਜੇ ਉਹਨਾਂ ਦੇ ਪਿੱਛੇ ਕੋਈ ਹੋਰ ਬੰਦਾ ਆਉਂਦਾ ਉਹਨੂੰ ਠੋਕ ਦਿਓ। ਵਟ ਇਜ਼ ਯੂਅਰ ਮੈਸੇਜ ਟੂ ਦਾ ਸੋਸਾਇਟੀ? ਮੈਨੂੰ ਲੱਗਦਾ ਤੁਸੀਂ ਕੋਈ ਮੈਸੇਜ ਦੇ ਰਹੇ ਹੋ ਯਾਰ, ਤੁਸੀਂ ਆਪਣੀ ਭੜਾਸ ਕੱਢ ਰਹੇ ਹੋ ਕਿਸੇ ਦੇ ਪ੍ਰਤੀ, ਜਾਂ ਕੀ ਗੱਲ? ਕੀ ਅਸੀਂ ਕੀ ਸੰਦੇਸ਼ ਕੀ ਦੇ ਰਹੇ ਹਾਂ ਆਪਣੇ ਲੋਕਾਂ ਨੂੰ? ਕਿਹਨੂੰ ਠੋਕਦਾ ਰਿਹਾ? ਕਿਹੜੀ ਕਿਹੜੀ ਕੁੜੀ ਪਿੱਛੇ? ਯਾਰ ਤੂੰ ਵਿਆਹਿਆ ਮੇਰਾ ਬੰਦਾ ਹੈ, ਬਾਲ ਬੱਚੇ ਤੇਰੇ ਹੈਗੇ ਹੈ, ਠੀਕ ਹੈ, ਤੂੰ ਸਮਾਜ ਵਿੱਚ ਇਹ ਸੰਦੇਸ਼ ਦੇ ਰਿਹਾ ਭਾਈ, ਜੇ ਕੁੜੀ ਪਿੱਛੇ ਜਾਣਾ ਹੈ ਤੁਸੀਂ ਜਾਓ, ਤੀਜਾ ਬੰਦਾ ਆਉਂਦਾ ਉਹਨੂੰ ਠੋਕ ਦਿਓ ਗੋਲੀ ਨਾਲ, ਇਹ ਕੀ ਸੰਦੇਸ਼ ਹੈ? ਕੋਈ ਚੱਜ ਦਾ ਗੀਤ ਤੁਸੀਂ ਗਾਓ, ਇਹ ਕੋਈ ਗੀਤ ਹੈ ਘੂਕੇ ਲੈ ਗਈ, ਘੜੀਸ ਕੇ ਲੈ ਗਈ, ਮੈਂ ਭੱਜ ਗਿਆ, ਮੈਂ ਮਰ ਗਿਆ, ਤੈਨੂੰ ਫਾਹਿਸ਼ ਤਾਂ, ਤੈਨੂੰ ਫਾਂਸੀ ਦੇ ਦੂੰ, ਤੈਨੂੰ ਡੱਗੀ 'ਚ ਪਾ ਦੂੰ, ਤੇਰੇ 'ਤੇ ਗੋਲੀ ਮਾਰੂ, ਦੋ ਮਾਰੂ, ਤੂੰ ਥਾਪੜੇ ਫਿਰ ਥੁੱਕ ਦੂੰਗਾ, ਇਹ ਕੋਈ ਗੀਤ ਹੈ? ਤੁਹਾਨੂੰ ਅਸੀਂ ਚੁਣਿਆ, ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ, ਇਸ ਕਰਕੇ ਨਹੀਂ ਚੁਣਿਆ ਕਿ ਤੁਸੀਂ ਸਾਡੇ ਸਮਾਜ ਨੂੰ ਖਰਾਬ ਕਰ ਦਿਓ? ਅੱਜ ਕੱਲ੍ਹ ਦੀ ਨਵੀਂ ਪਨੀਰੀ ਕੀ ਹੈ? ਉਹਨਾਂ ਨੂੰ ਪੁੱਛੋ, ਲੋਕ ਕੀ ਕਰਦੇ ਨੇ ਗਲੀਆਂ ਦੇ ਵਿੱਚ, ਮੋਬਾਈਲ ਫੋਨ ਲਾ ਕੇ ਗੀਤ ਸੁਣਦੇ ਰਹਿੰਦੇ, ਜੱਟਾ ਸ਼ਰੇਆਮ ਤੋਂ ਧੱਕਾ ਕਰਦਾ, ਜਾਂ ਹੋਰ ਇਹੋ ਜਿਹੇ ਗੰਦੇ ਗੀਤ ਨੇ। ਕੀ ਸਮਾਜ ਵਿੱਚ ਕੀ ਅਸੀਂ ਸੰਦੇਸ਼ ਦੇ ਰਹੇ ਹਾਂ? ਇਹੀ ਸੰਦੇਸ਼ ਹੈ ਸਾਡਾ। ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਇਹੋ ਜਿਹੇ ਸ਼ਬਦਾਂ ਨੂੰ, ਜਿਹੜੇ ਲੋਕ ਇਹੋ ਜਿਹੇ ਸ਼ਬਦ ਲਿਖਦੇ ਨੇ। ਅੱਜ ਕੱਲ੍ਹ ਪੰਜਾਬੀ 'ਮਿਊਜ਼ਿਕ ਇੰਡਸਟਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਵਧੀਆ, ਕੋਈ ਸਿੱਖਿਆ ਦੇ ਕੋਈ ਗੀਤ ਗਾ ਰਿਹਾ। ਬਹੁਤ ਘੱਟ ਸਿੰਗਰੇ ਨੇ
ਜੋ ਇੱਕ ਮਾਂ ਦੇ ਪੁੱਤ ਦੇ ਬਾਰੇ ਮੈਸੇਜ ਦਿੰਦੇ ਨੇ ਕਿ ਮਾਂ ਦਾ ਪਿਆਰ ਕਿੰਨਾ ਹੈ ਆਪਣੇ ਪੁੱਤਰਾਂ ਦੇ ਪ੍ਰਤੀ, ਜਾਂ ਇੱਕ ਬਾਪ ਦਾ ਪਿਆਰ ਕਿੰਨਾ ਹੈ ਆਪਣੇ ਪੁੱਤਰਾਂ ਦੇ ਪ੍ਰਤੀ, ਬਾਪ ਆਪਣੇ ਪੁੱਤਰਾਂ ਦੇ ਲਈ ਕੀ ਕੁਝ ਕਰਦਾ ਹੈ। ਔਰ ਕਈ ਸਿੰਗਰ ਤਾਂ ਇਹੋ ਜਿਹਾ ਇੰਨਾ ਵਧੀਆ ਸੰਦੇਸ਼ ਦੇ ਰਹੇ ਨੇ, ਔਰ ਦੂਜੇ ਸਿੰਗਰ ਜਿਹੜੇ ਉਹੀ ਪੁੱਤਰਾਂ ਨੂੰ ਜਿਹੜੇ ਸਿੰਗਰਾਂ ਨੇ ਵਧੀਆ ਬਣਾਇਆ, ਔਰ ਦੂਜੇ ਸਿੰਗਰ ਉਹਨਾਂ ਨੂੰ ਗਲਤ ਰਸਤੇ ਤੇ ਪਾ ਰਹੇ ਨੇ। ਪੰਜਾਬ ਅੱਜ ਨਸ਼ੇ ਵਿੱਚ ਕਿਉਂ ਹੈ? ਪੰਜਾਬ ਅੱਜ ਗਲਤ ਕੰਮਾਂ ਵਿੱਚ ਕਿਉਂ ਹੈ? ਪੰਜਾਬ ਸਾਡਾ ਅੱਜ ਕੁੜੀਆਂ ਦੇ ਪਿੱਛੇ ਕਿਉਂ ਜਾ ਰਿਹਾ? ਪੰਜਾਬ ਸਾਡਾ ਨਸ਼ੇ ਪਿੱਛੇ ਕਿਉਂ ਜਾ ਰਿਹਾ? ਪੰਜਾਬ ਸਾਡਾ ਹਮੇਸ਼ਾ ਗਲਤ ਕੰਮਾਂ ਪਿੱਛੇ ਕਿਉਂ ਜਾ ਰਿਹਾ? ਇਹਦੇ ਪਿੱਛੇ ਸਾਡਾ ਇੱਕ ਵੱਡਾ ਹੱਥ ਹੈ ਮੇਰੇ ਭਰਾਵੋ। ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ, ਜੋ ਵੀ ਤੁਸੀਂ ਸਿੰਗਰ ਹੋ, ਜਦੋਂ ਅਸੀਂ ਸ਼ਬਦ ਲਿਖਦੇ ਹਾਂ, ਇੱਕ ਅੱਛਾ ਗੀਤ ਲਿਖਦੇ ਹਾਂ, ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੈਂ ਕੀ ਲਿਖ ਰਿਹਾ। ਇਸ ਲਿਖਣ ਦੇ ਦੁਆਰਾ ਕਦੇ ਜਾਂ ਕਿਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚ ਰਿਹਾ? ਸੋ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ, ਅਸੀਂ ਇੱਕ ਅੱਛਾ ਸੰਦੇਸ਼ ਸਮਾਜ ਨੂੰ ਦੇਣਾ ਹੈ। ਦੇਖੋ, ਆਈ ਐਮ ਨੋਟ ਏ ਸਿੰਗਰ, ਮੈਂ ਸਿੰਗਰ ਨਹੀਂ ਹਾਂ, ਪਰ ਮੈਨੂੰ ਬਹੁਤ ਗਲਤ ਲੱਗਿਆ ਜਦੋਂ ਸਾਡਾ ਸਮਾਜ ਖਤਰੇ ਵਿੱਚ ਮੈਨੂੰ ਨਜ਼ਰ ਆ ਰਿਹਾ। ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ। ਸੋ ਮੇਰੇ ਵੱਡੇ ਭਰਾਵੋ, ਜਿੰਨੇ ਵੀ ਸਿੰਗਰਸ ਨੇ, ਅਸੀਂ ਜੋ ਲਿਖਦੇ ਹਾਂ ਜਾਂ ਜੋ ਵੀ ਰਾਈਟਰ ਨੇ ਲਿਖਦੇ ਨੇ, ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਅਸੀਂ ਇਹੋ ਜਿਹੇ ਗੀਤ ਨਾ ਲਿਖੀਏ। ਜੋ ਲਿਖਣਾ ਹੈ ਨਾ, ਇਹੋ ਜਿਹਾ ਲਿਖੀਏ ਕਿ ਉਹ ਗੀਤ ਭਾਵੇਂ ਲੋਕ 10 ਸਾਲ ਬਾਅਦ ਸੁਣਨ, ਉਹ ਗੀਤ ਨਵਾਂ ਹੀ ਹੋਵੇ। ਠੀਕ ਹੈ, ਸਾਡੇ ਸਮਾਜ ਨੂੰ ਇੱਕ ਸੰਦੇਸ਼ ਮਿਲੇ, ਸਾਡੇ ਨੌਜਵਾਨ ਤੁਹਾਡੇ ਗੀਤ ਨੂੰ ਸੁਣ ਕੇ ਆਪਣੇ ਗਲਤ ਰਾਹਾਂ ਤੋਂ ਮੁੜ ਕੇ ਸਹੀ ਰਸਤੇ ਵਾਪਿਸ ਆ ਜਾਣ। ਠੀਕ ਹੈ, ਸਹੀ ਰਸਤੇ 'ਤੇ ਚੱਲ ਰਹੇ ਨੇ, ਗਲਤ ਗੀਤ ਸੁਣ ਕੇ ਗਲਤ ਰਸਤੇ 'ਤੇ ਜਾ ਵੜਦੇ ਨੇ। ਵਿਆਹਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਗੀਤ ਜਿਹੜੇ ਗਲਤ ਚੱਲਦੇ ਨੇ। ਸੋ ਮੇਰੀ ਬੇਨਤੀ ਹੈ, ਆਪਣੇ ਸ਼ਬਦਾਂ ਨੂੰ, ਆਪਣੀ ਜੀਵ ਨੂੰ ਭ੍ਰਿਸ਼ਟ ਨਾ ਕਰੀਏ, ਦੁਸ਼ਟ ਨਾ ਕਰੀਏ। ਅਗਰ ਰੱਬ ਨੇ ਤੁਹਾਨੂੰ ਜ਼ਬਾਨ ਦਿੱਤੀ ਹੈ ਨਾ, ਰੱਬ ਨੇ ਤੁਹਾਨੂੰ ਸੋਹਣੀ ਆਵਾਜ਼ ਦਿੱਤੀ ਹੈ, ਇਸ ਪਵਿੱਤਰ ਜ਼ਬਾਨ ਦੇ ਨਾਲ ਪਵਿੱਤਰ ਗੀਤ ਗਾਉਣ ਦੀ ਕੋਸ਼ਿਸ਼ ਕਰੀਏ, ਲੋਕਾਂ ਨੂੰ ਅੱਛਾ ਸੰਦੇਸ਼ ਦੇਈਏ, ਲੋਕਾਂ ਨੂੰ ਪਿਆਰ ਦਾ ਸੰਦੇਸ਼ ਦੇਈਏ। ਠੀਕ ਹੈ, ਮੁੰਡਿਆਂ ਨੂੰ ਕੁੜੀਆਂ ਵਾਂਗਰ, ਕੁੜੀਆਂ ਨੂੰ ਮੁੰਡਿਆਂ ਵਾਂਗਰ ਨਾ ਪਾਈਏ। ਠੀਕ ਹੈ, ਕੋਈ ਐਜੂਕੇਸ਼ਨ, ਕੋਈ ਪੜ੍ਹਾਈ ਦਾ ਅੱਛਾ ਸੰਦੇਸ਼ ਦੇਈਏ। ਸੋ ਪਲੀਜ਼, ਮੇਰੀ ਬੇਨਤੀ ਹੈ ਕਿ ਕੋਈ ਵੀ ਇਸ ਗੱਲ ਦਾ ਗੁੱਸਾ ਨਾ ਕਰੇ। ਸੋ ਮੇਰੀ ਪਰਸਨਲ ਲੜਾਈ ਕਿਸੇ ਸਿੰਗਰ ਦੇ ਨਾਲ ਨਹੀਂ, ਮੇਰੀ ਪਰਸਨਲ ਲੜਾਈ ਉਹਨਾਂ ਸ਼ਬਦਾਂ ਦੇ ਨਾਲ ਹੈ ਜੋ ਅਸੀਂ ਗਲਤ ਇਸਤੇਮਾਲ ਕਰ ਰਹੇ ਹਾਂ ਆਪਣੇ ਸਮਾਜ ਦੇ ਲਈ, ਸਾਡੇ ਨੌਜਵਾਨਾਂ ਦੇ ਲਈ। ਸੋ ਮੇਰੀ ਬੇਨਤੀ ਹੈ ਕਿ ਸਾਰੇ ਇੱਕ ਅੱਛੇ ਅਸੀਂ ਗੀਤ ਲਿਖੀਏ, ਅੱਛੇ ਸ਼ਬਦ ਲਿਖੀਏ, ਤਾਂ ਜੋ ਸਾਡੇ ਗੀਤਾਂ ਦੇ ਰਾਹੀਂ ਇੱਕ ਅੱਛਾ ਸੰਦੇਸ਼ ਸਾਡੇ ਸਮਾਜ ਦੇ ਵਿੱਚ ਜਾਵੇ। ਸਾਰਿਆਂ ਨੂੰ ਮੇਰੇ ਵੱਲੋਂ ਧੰਨਵਾਦ।